सारी प्रबंध कमेटी दे तन तन पीर बाबा शेख फत्ता जी दे प्रबंध कमेटी दे तहत धन्यवादी एक बार बाबा जी दे नाल ताड़ी मार दो नाल दे बाबा शेख फत्ता जी ते एक लोक तक साडे बहुत ही सब तो पहला वीर गोविंदर राजा मरखाई जी साबर खान नवजोत राणी जी ਸਾਡਾ ਬਾਈ ਗਿੱਲ ਫਲਕਾਰ ਉਹਨਾਂ ਨੇ ਸਾਥੋਂ ਬਾਅਦ ਹਾਜ਼ਰੀ ਲਾਉਣੀ ਹੈ 5 ਵਜੇ ਤੱਕ ਅਸੀਂ ਤੁਹਾਡੇ ਰੂਬਰੂ ਹੋਣ ਸਾਡੇ ਖਾਸ ਦੋਸਤ ਮਿੱਤਰ ਮੇਰੇ ਫੌਜੀ ਵੀਰ ਜਿਨ੍ਹਾਂ ਨੇ ਦੇਸ਼ ਦੀ ਖਾਤਰ ਰਾਖੀ ਕਰਦੇ ਦੇਸ਼ ਦੀ ਉਹ ਸਾਡੇ ਦਰਮਿਆਨ ਪਹੁੰਚੇ ਨੇ ਦਿਦਾਰ ਸਿੰਘ ਜੀ ਠੱਕਰ ਸੰਧੂ ਕੈਪਟਨ ਦਿਦਾਰ ਸਿੰਘ ਜੀ ਠੱਕਰ ਸੰਧੂ ਔਰ ਗੁਰਵਿੰਦਰ ਸਿੰਘ ਜੀ ਠੱਕਰ ਸੰਧੂ ਔਰ ਤਰਲੋਚਨ ਸਿੰਘ ਜੀ ਇਹ ਪੰਜਾਬ ਪੁਲਿਸ ਠੋਕਰ ਸੰਧੂ ਇਹਨਾਂ ਨੂੰ ਜੀਆਂ ਕਹਿੰਦੇ ਲਓ ਜੀ ਬਹੁਤਾ ਸਮਾਂ ਨਾ ਲੈਂਦੇ ਹੋਏ ਇੱਕ ਲੋਕ ਤੱਕ ਮੱਖਣ ਬਰਾੜ ਸਾਹਿਬ ਦੇ ਲਿਖੇ ਉਸ ਤੋਂ ਬਾਅਦ ਹੋਏ ਅੱਜ ਕੱਲ੍ਹ ਮਾੜੇ ਨੂੰ ਛਾਤੀ ਤਣ ਜਾਂਦੇ ਮਾੜੇ ਨੂੰ ਛਾਤੀ ਤਣ ਜਾਂਦੇ ਤੇ ਤਕੜੇ ਮੂਹਰੇ ਤੌਣ ਚੁਕਾਉਂਦੇ ਹੋਏ ਇੱਥੇ ਰੋਂਦਾ ਨੇ ਇੱਕ ਬਗਾਨਿਆਂ ਨੂੰ ਤੇ ਸਭ ਆਪਣਿਆਂ ਨੂੰ ਰੋਂਦੇ ਜੇ ਨਿਕਲੇ ਧੀ ਗਵਾਂਢੀ ਦੀ ਜੇ ਨਿਕਲੇ ਧੀ ਗਵਾਂਢੀ ਦੀ ਆਖਣਗੇ ਪੰਡ ਸੀ ਪਾਪਾਂ ਦੀ ਉਹ ਜੇ ਆਪਣੀ ਕਿਧਰੇ ਉੱਠ ਜਾਵੇ ਕਹਿਣਗੇ ਮਰਜ਼ੀ ਜਵਾਕਾਂ ਦੀ ਪਾਟੇ ਦੇ ਕੱਪੜਿਆਂ ਵਿੱਚੋਂ ਦੇ ਕੇ ਵੇਖਣਗੇ ਹਾਲ ਗਰੀਬੀ ਦਾ ਪਾਟੇ ਦੇ ਕੱਪੜਿਆਂ ਵਿੱਚੋਂ ਦੇ ਕੇ ਵੇਖਣਗੇ ਹਾਲ ਗਰੀਬੀ ਦਾ
ਉਹ ਜੇ ਆਪਣੀ ਦੀ ਧੁੰਨੀ ਲੱਗੀ ਆ ਕਹਿਣਗੇ ਫੈਸ਼ਨ ਬੀਬੀ ਦਾ। ਪੰਜਾਬ ਚ ਪੁਲਿਸ ਵਾਲੇ ਬਾਈਕ ਤੋਂ ਰੋਕ ਲੈਣ ਤਾਂ ਅੱਗਿਓ ਛਾਤੀ ਤਣ ਜਾਂਦੇ, ਉਹ ਚੰਡੀਗੜ੍ਹ ਵੜਦਿਆਂ ਸਾਰ ਹੀ ਪਿੱਛੀ ਵੀ ਬਿੱਲੀ ਬਣ ਜਾਂਦੇ। ਉਹ ਲੋੜ ਪਈ ਤੂੰ ਮੱਖਣ ਬਰਾੜਾ ਕਦੇ ਨੂੰ ਬਾਪੂ ਬਣਾਉਂਦੇ ਹੈ, ਇੱਥੇ ਰੋਂਦਾ ਨੀ ਕੋ ਬਗਾਨਿਆਂ ਨੂੰ ਤੇ ਸਭ ਆਪਣਿਆਂ ਨੂੰ ਰੋਂਦੇ। ਨੀਂਦ ਬਾਰੇ ਗੱਲ ਕਰਨ ਲੱਗੇ, ਕਿਹਨੂੰ ਕਿਹਨੂੰ ਕਦੋਂ ਕਦੋਂ ਨੀਂਦ ਘੱਟ ਆਉਂਦੀ ਹੈ? ਵੈਸੇ ਹੁਣ ਵੋਟਾਂ ਆ ਗਈਆਂ, ਆ ਪਹਿਲਾਂ ਦੂਜੀਆਂ ਵੋਟਾਂ ਪਈਆਂ, ਹੁਣ ਵੀ ਨੀਂਦ ਅੱਧਿਆਂ ਦੀ ਉੱਡੀ ਪਈ ਹੋਣੀ ਹੈ। ਇੱਕ ਗੱਲ ਕਹੂੰਗਾ, ਹਿੰਦੁਸਤਾਨ ਖਾ ਲਿਆ ਵੋਟਾਂ ਨੇ, ਜੇ 5 ਸਾਲਾਂ ਤੋਂ ਕਹਿੰਦੇ ਆ ਵੋਟਾਂ ਆਉਂਦੀਆਂ ਤੇ ਮੈਨੂੰ ਐਂ ਲੱਗਦਾ 5 ਸਾਲਾਂ 'ਚ ਹਿੰਦੁਸਤਾਨ 'ਚ 55 ਹੀ ਵੋਟਾਂ ਆ ਜਾਂਦੀਆਂ। ਜੇ ਗੱਲ ਸੱਚੀ ਹੈ ਤਾਂ ਤਾੜੀ ਪਾ ਦਿਓ। ਇਹਦੋਂ ਫਾਇਦਾ ਜ਼ਰੂਰ ਹੁੰਦਾ, ਪਰ ਹੁੰਦਾ ਸਾਡੇ ਕੁਝ ਸਿਆਸੀ ਬੰਦਿਆਂ ਨੂੰ, ਥੋੜ੍ਹਿਆਂ ਨੂੰ। ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ, ਸਾਨੂੰ ਤਾਂ ਇਹੀ ਫਾਇਦਾ ਹੁੰਦਾ ਵੀ ਜਿੰਨੇ ਦਿਨ ਵੋਟਾਂ ਆਈਆਂ ਕੋਈ ਮੇਰੇ ਵਰਗੇ ਵਿਹਲੇ ਆ ਜਿਹੜੇ ਉਹ ਕੰਮ ਲੱਗ ਜਾਂਦੇ ਆ, ਵੀ ਆਪਣਾ ਪਤਾ ਆਪਣੇ ਮਾਮੇ ਦੀ ਭੂਆ ਦੀ ਕੁੜੀ ਦੀ ਨੂੰਹ ਦੇ ਮੁੰਡੇ ਦੀ ਜਵਾਈ ਦਾ ਸਹੁਰਾ ਅੱਜ ਜ਼ਿਲ੍ਹਾ ਪਰਿਸ਼ਦ ਉੱਠਿਆ। ਉਹ ਜ਼ਿਲ੍ਹਾ ਪਰਿਸ਼ਦ ਮਗਰੀ 15 ਦਿਨ ਤੁਰੇ ਫਿਰਦੇ ਆ, ਤੇ ਜਦੋਂ ਜ਼ਿਲ੍ਹਾ ਪਰਿਸ਼ਦ ਜਿੱਤ ਜਾਂਦਾ ਉਹ ਕਹਿੰਦਾ ਇੰਨੀ ਦੂਰ ਦੀ ਰਿਸ਼ਤੇਦਾਰੀ ਤਾਂ ਵਰਤਿਆ ਨਹੀਂ ਜਾਂਦਾ, ਛੱਡੋ ਪਹਿਲਾਂ। ਫੇਰ ਵੀ ਨੀਂਦ ਨਹੀਂ ਆਉਂਦੀ। ਜਾਂ ਚੰਗੇ ਭਲੇ ਬੰਦੇ ਨੂੰ ਬਿਮਾਰੀ ਲੱਗ ਜੇ, ਹਰ ਇੱਕ ਬੰਦੇ ਨੂੰ ਮਾੜਾ ਮੋਟਾ ਰੋਗ ਹੈਗਾ, ਜਿਹਨੇ ਚੈੱਕਅਪ ਕਰਾ ਲਿਆ ਰੋਗ ਨਿਕਲਿਆ ਉਹਨੂੰ ਵੀ ਨੀਂਦ ਨਹੀਂ ਆਉਂਦੀ। ਹੋਏ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗ ਜੇ, ਚੰਗੇ ਭਲੇ ਬੰਦੇ ਨੂੰ ਬਿਮਾਰੀ ਲੱਗ ਜੇ। ਹੱਥ ਵਿੱਚ ਕਿਸੇ ਦਾ ਪਿਆਰ ਟੁੱਟ ਗਏ, ਹੋ ਚੰਗੀ ਭਲੀ ਕਿਸੇ
ਦੱਸ ਦੇ ਇੱਥੋਂ ਨੱਚਦੀ ਆ ਜਾਣੀ ਗੁਲਾਬੀ ਲਹਿੰਗੇ ਵਾਲੀ ਆਖੂ ਕੋਣ ਮੋਗੇ ਵਾਲਾ ਬਣਿਆ ਨਾ ਰਾਂਝਾ ਨੀ ਪਿੰਡ ਦੇ ਮੁੰਡੇ ਸ਼ੌਕੀ ਨੰਬਰ ਪਹਿਲਾਂ ਤੇਰੇ ਯਾਰ ਦਾ ਸਾਡੇ ਬਾਈ ਬਹੁਤ ਸਾਰਾ ਮਾਨ ਥੈਂਕ ਯੂ ਸ਼ੁਕਰੀ ਸਾਨੂੰ ਜਿਵੇਂ ਬੇੜੀਆਂ ਸਿਤਾਰੀਆਂ ਹੋ ਗਏ ਦੁੱਖ ਦੂਰ ਤੇਰੇ ਦਰ ਉੱਤੇ ਆ ਕੇ ਤੂੰ ਤਾਂ ਸੁਣ ਲੈਂਦਾ ਦੁੱਖ ਦਲਗੀਰਾਂ ਦਾ ਕਹਿੰਦੇ ਨੇ ਨਿਮਾਣਿਆਂ ਨੂੰ ਮਾਣ ਮਿਲਦਾ ਉੱਚਾ ਦਰ ਹੁੰਦਾ ਸੰਤ ਫਕੀਰਾਂ ਨੂੰ ਇੱਕ ਵਾਰੀ ਜ਼ੋਰਦਾਰ ਤਾੜੀ ਬਾਬਾ ਜੀ ਦੇ ਨਾਂ ਤੇ ਸਾਰੇ ਜਾਣੇ ਆਪਣੀ ਹਾਜ਼ਰੀ ਲਵਾਓ ਥੈਂਕ ਯੂ ਮਿਹਰਬਾਨੀ ਨਾਲ ਹੀ ਛੋਟੇ ਛੋਟੇ ਬੱਚੇ ਬੈਠੇ ਆ ਸਾਰਿਆਂ ਦਾ ਪਿਆਰ ਕਰਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਸਾਰਾ ਪਿਆਰ ਵੱਡਿਆਂ ਦਾ ਸਤਿਕਾਰ ਕਰਦੀ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿੰਨੇ ਵੀ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਸੋ ਸਾਡੇ ਵੀਰ ਜੀ ਦੇ ਦੋਸਤ ਸਾਰੇ ਆਏ ਨੇ ਸੋ ਸਾਰਿਆਂ ਨੂੰ ਮੈਂ ਵੈਲਕਮ ਜੀ ਆਇਆ ਆਖਦੀ ਹਾਂ ਸੋ ਹੱਥ ਜੋੜ ਸਾਰਿਆਂ ਨੂੰ ਪ੍ਰਣਾਮ ਮੇਰੀ ਹਾਜ਼ਰੀ ਲਵਾਉਣ ਲੱਗੀ ਵਿੱਚ ਦਰਬਾਰ ਤੁਹਾਡੇ ਫਰਸ਼ਾਂ ਤੋਂ ਅਰਸ਼ੀ ਪਹੁੰਚਾਉਣ ਵਾਲੇ ਤੁਸੀਂ ਲੋਕੀ ਉੱਡਦੇ ਨੂੰ ਪਿੰਜਰੇ ਚ ਪਾਉਣਾ ਅਖਤਿਆਰ ਤੁਹਾਡੇ ਖੁਸ਼ੀਆਂ ਦੇ ਫੁੱਲ ਕੁਝ ਲੈ ਕੇ ਪਰਮਾਤਮਾ ਤੋਂ ਚਿੱਤ ਕਰੇ ਗੁੰਦ ਕੇ ਗਲੇ ਚ ਪਾਵਾਂ ਹਾਰ ਤੁਹਾਡੇ ਕਰਮਜੀਤ ਕੰਮੋ ਮੰਗੇ ਕੁਝ ਨਾ ਦਤਾਰ ਕੋਲੋਂ ਝੋਲੀ ਅੱਡ ਮੰਗਦੇ ਸਿਰਫ ਪਿਆਰ ਤੁਹਾਡੇ ਸਾਡੇ ਪਿਆਰ ਦੇ ਨਜ਼ਰੀਏ ਨਾਲ ਡਿਊਟ ਪੇਸ਼ ਕਰਦੇ ਹਾਂ ਜੀ ਤੁਸੀਂ ਟ੍ਰੇਨ ਵਾਂਗੂ ਭੱਜ ਜਾਂਦੇ ਥੋੜੇ ਜਿਹਾ ਹੌਲੀ ਚੱਲੋ ਗੱਲਾਂ ਨਹੀਂ ਕਰਨੀਆਂ ਗੱਲਾਂ ਲੋਕਾਂ ਨੇ ਸ਼ਾਮ ਨੂੰ ਘਰੇ ਜਾ ਕੇ ਆਪੇ ਕਰ ਲੈਣੀਆਂ ਆਪਾਂ ਗਾਉਣਾ ਲਗਾਤਾਰ 4-5 ਗੀਤ ਕਿਉਂਕਿ ਗੱਲਾਂ ਤਾਂ ਕਈ ਕਹਿੰਦੇ ਅਸੀਂ ਵੀ ਫਿਰ ਕਰ ਲੈਂਦੇ ਤੁਸੀਂ ਗਾਣੇ ਸੁਣਾਓ ਜਾਂ ਸਾਨੂੰ ਗਾਣੇ ਸੁਣਾਓ ਮਹੀਨਾ ਪਹਿਲਾਂ ਮੇਲਾ ਮੇਲਾ ਕਰ ਮਹੀਨਾ ਪਹਿਲਾਂ ਮੇਲਾ ਮੇਲਾ ਕਰਦੀ ਰਹੀ ਨੀ ਮੇਲੇ ਵਾਲੇ ਦਿਨ ਘਰੇ ਲੜਦੀ ਰਹੀ ਓਕੇ ਕਰ ਲੈ ਸਕਦੇ ਜੀ ਤੂੰ ਹੁਣ ਚਾਹ ਦੇਖ ਲੈ ਹਾਂਜੀ 1 2 3 4
ਮੇਰੇ ਜਿਹੀਆਂ ਕੁੜੀਆਂ ਦੇ ਢੁੱਲ ਫਿਰਦੇ ਸੀ ਛੂਕਦੇ ਇੱਥੋਂ ਨੱਚਦੀ ਆ ਜਾਣੀ ਗੁਲਾਬੀ ਲਹਿੰਗੇ ਵਾਲੀ ਬੋਲੀ ਵੀ ਕਿਰਪਾ ਦੇ ਵਿੱਚ ਕਿੰਨਾ ਕੈਂਠੇ ਬਣ ਇੱਥੋਂ ਨੱਚਦੀ ਆ ਜਾਣੀ ਗੁਲਾਬੀ ਲਹਿੰਗੇ ਵਾਲੀ ਇੱਥੋਂ ਨੱਚਦੀ ਆ ਨੱਚਦੀ ਨੇ ਥੱਕ